ਭਾਰਤ ਵਿੱਚ ਬਹੁਤ ਸਾਰੇ ਤੀਜ ਤਿਉਹਾਰ ਰੁੱਤਾਂ ਨਾਲ ਹੀ ਜੁੜੇ ਹੋਏ ਨੇ। ਜਿਵੇਂ ਜਿਵੇਂ ਮੌਸਮ ਬਦਲਦੇ ਨੇ, ਸਾਡੇ ਤਿਉਹਾਰ ਵੀ ਆਪਣੇ ਆਪਣੇ ਰੰਗ ਬਦਲਦੇ ਨੇ। ਭਾਰਤ ਦੇ ਵੱਖ ਵੱਖ ਸੂਬਿਆਂ 'ਚ ਆਪਣੇ ਆਪਣੇ ਸੱਭਿਆਚਾਰ ਨਾਲ ਜੁੜੇ ਤਿਉਹਾਰ ਮਨਾਏ ਜਾਂਦੇ ਨੇ। ਸਾਵਣ ਇੱਕ ਅਜਿਹਾ ਮਹੀਨਾ ਹੈ ਜੋ ਸਭ ਨੂੰ ਬਹੁਤ ਚੰਗਾ ਲੱਗਦਾ ਹੈ। ਸਾਡੇ ਵੇਦ ਪੁਰਾਣਾਂ ਵਿੱਚ ਵੀ ਇਸ ਮਹੀਨੇ ਦਾ ਜ਼ਿਕਰ ਕੀਤਾ ਗਿਆ ਹੈ। ਸਾਵਣ ਦੇ ਮਹੀਨੇ ਵਿੱਚ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਿਰ ਵਿਖੇ ਸਥਿਤ ਲਕਸ਼ਮੀ ਨਾਰਾਇਣ ਮੰਦਿਰ ਦੀ ਰੌਣਕ ਦੇਖਦਿਆਂ ਹੀ ਬਣਦੀ ਹੈ। ਸਾਵਣ ਨੂੰ ਤੀਜ ਤਿਉਹਾਰ ਦੇ ਤੌਰ 'ਤੇ ਜਿਸ ਤਰ੍ਹਾਂ ਇੱਥੇ ਮਨਾਇਆ ਜਾਂਦਾ ਹੈ, ਉਸ ਤਰ੍ਹਾਂ ਪੂਰੀ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਨਾਇਆ ਜਾਂਦਾ। ਇੱਥੇ ਸਾਵਣ ਮਹੀਨੇ ਦੇ ਹਰ ਇਤਵਾਰ ਨੂੰ ਸਾਵਾਂ ਮਨਾਇਆ ਜਾਂਦਾ ਹੈ। ਸਾਵਾਂ ਮਤਲਬ ਸਾਵਣ ਦੇ ਮਹੀਨੇ ਵਿੱਚ ਨਵੇਂ ਵਿਆਹੀਆਂ ਆਪਣੇ ਪਹਿਲੇ ਸਾਵਣ ਨੂੰ ਮਨਾਉਣ ਲਈ ਇਸ ਮੰਦਰ ਵਿੱਚ ਮੋਤੀਏ ਦੇ ਫੁੱਲਾਂ ਦਾ ਸ਼ਿੰਗਾਰ ਕਰਕੇ ਮੱਥਾ ਟੇਕਣ ਆਉਂਦੀਆਂ ਨੇ। ਅਸੀਂ ਜਿੱਦਾਂ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਹਾਂ, ਹਿੰਦੂ ਧਰਮ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਵਣ ਦਾ ਪਹਿਲਾ ਮਹੀਨਾ ਤੁਸੀਂ ਆਪਣੀ ਵਾਈਫ ਦੇ ਨਾਲ ਆਪਣੇ ਅਗਲੇ ਆਉਣ ਵਾਲੇ ਜ਼ਿੰਦਗੀ ਦੇ ਪਲ ਵਧੀਆ ਗੁਜ਼ਰਨ ਅਤੇ ਮੰਦਰ ਦੇ ਵਿੱਚ ਮੱਥਾ ਟੇਕਣਾ, ਖਾਸ ਕਰ ਪਹਿਲਾ ਸਾਵਣ ਵਿਆਹ ਤੋਂ ਬਾਅਦ ਜਿਹੜਾ ਹੁੰਦਾ, ਉਸ ਵਾਸਤੇ ਆਪਾਂ ਵੀ ਇੱਥੇ ਆਏ ਹਾਂ, ਆਪਣੇ ਟ੍ਰੈਡੀਸ਼ਨਲ ਵੈਲਿਊਸ ਨੂੰ ਨਾਲ ਲੈ ਕੇ ਆਏ ਹਾਂ। ਅਤੇ ਇਹ ਜਿਹੜਾ ਸ਼ਿੰਗਾਰ ਹੈ ਓਲਡ ਟ੍ਰੈਡੀਸ਼ਨ ਦੇ ਤਰੀਕੇ ਦੇ ਨਾਲ ਹੀ ਕੀਤਾ ਗਿਆ ਹੈ, ਕੋਈ ਆਰਟੀਫਿਸ਼ਅਲ, ਕੋਈ ਜਵੈਲਰੀ ਨਹੀਂ ਪਾਈ ਗਈ, ਕਿਉਂਕਿ ਗੋਲਡਨ ਸੈੱਟ ਨਹੀਂ ਪਾਏ ਗਏ, ਸਿੰਪਲ ਹੈ ਕਲੀਆਂ ਦੇ ਜਿਹੜੇ ਸੈੱਟ ਹੈ ਪਾਏ ਗਏ ਹੈ। ਅਤੇ ਆਪਾਂ ਵੀ ਆਪਣੇ ਟ੍ਰੈਡੀਸ਼ਨ ਨੂੰ ਫੋਲੋ ਕਰਦੇ ਪਏ ਹਾਂ, ਅਤੇ ਉਸੇ ਕਾਰਨ ਇੱਥੇ ਆਏ। ਸਾਵਣ ਮਹੀਨੇ ਇੱਥੇ ਨਵੀਆਂ ਵਿਆਹੀਆਂ ਨਾਰਾਂ ਦੁਲਹਨਾਂ ਦੇ ਰੂਪ ਵਿੱਚ ਸੱਜ ਕੇ ਫੁੱਲਾਂ ਦਾ ਸ਼ਿੰਗਾਰ ਕਰਕੇ ਇਸ ਪਵਿੱਤਰ ਅਸਥਾਨ 'ਤੇ ਮੱਥਾ ਟੇਕਣ ਆਉਂਦੀਆਂ ਨੇ। ਦੁਲਹਨ ਦੇ ਰੂਪ ਵਿੱਚ ਸਜੀਆਂ ਇਹਨਾਂ ਨਾਰਾਂ ਨੇ ਫੁੱਲਾਂ ਨਾਲ ਬਣੇ ਹੋਏ ਗਹਿਣਿਆਂ ਦਾ ਸ਼ਿੰਗਾਰ ਕੀਤਾ ਹੁੰਦਾ ਹੈ। ਅਜਿਹਾ ਨਜ਼ਾਰਾ ਇਸ ਪ੍ਰਸਿੱਧ ਮੰਦਿਰ ਵਿੱਚ ਹੀ ਦੇਖਣ ਨੂੰ ਮਿਲਦਾ ਹੈ। ਪੂਰੇ ਮੰਦਿਰ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਜਾਂਦਾ ਹੈ। ਆਸਥਾ ਅਤੇ ਭਗਤੀ ਦਾ ਨਜ਼ਾਰਾ ਸਾਵਣ ਮਹੀਨੇ ਇੱਕੋ ਥਾਂ 'ਤੇ ਦੇਖਣ ਨੂੰ ਮਿਲਦੇ ਨੇ। ਹੁਣ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਆਪਣਾ ਪਹਿਲਾ ਸਾਵਣ ਮਨਾਉਣ ਲਈ ਇਸ ਮੰਦਿਰ ਵਿੱਚ ਆਉਂਦੇ ਨੇ ਅਤੇ ਆਪਣੀਆਂ ਮਨੋਕਾਮਨਾਵਾਂ ਮੰਗਦੇ ਹੋਏ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ। ਸਾਵਣ ਹੁੰਦਾ, ਲੜਕੀਆਂ ਆਪਣੇ ਮਾਇਕੇ ਆਉਂਦੀਆਂ ਅਤੇ ਇੱਥੇ ਦੁਰਗਿਆਨਾ ਮੰਦਿਰ ਆ ਕੇ ਮੱਥਾ ਟੇਕਦੇ, ਇੱਥੇ ਔਰ ਜੋ ਵੀ ਆਪਣੀ ਮਨੋਕਾਮਨਾ ਹੈ ਉਹ ਦੱਸਦੇ ਆ, ਪ੍ਰੇਅਰਸ ਕਰਦੇ ਆ ਆਪਣੀ ਲਾਈਫ ਬਾਰੇ, ਨਵੀਂ ਜ਼ਿੰਦਗੀ ਬਾਰੇ। ਅਤੇ ਇਸ ਲਈ ਅਸੀਂ ਵੀ ਇੱਥੇ ਆਏ ਹਾਂ, ਮੇਰਾ ਮਾਇਕਾ ਵੀ ਇੱਥੇ ਹੀ ਅੰਮ੍ਰਿਤਸਰ ਦਾ, ਅਤੇ ਸਾਨੂੰ ਵੈਸੇ ਪਤਾ ਸੀ ਤਿਉਹਾਰ ਦਾ ਔਰ ਮੇਰੀ ਕਾਫੀ ਇੱਛਾ ਸੀਗੀ ਕਿ ਜਦੋਂ ਮੇਰੀ ਮੈਰਿਜ ਹੋਏ ਤਾਂ ਮੈਂ ਫਸਟ ਸਾਵਣ ਇੱਥੇ ਮੱਥਾ ਟੇਕਣ ਆਵਾਂ। ਸਾਨੂੰ ਚਾਹੀਦਾ ਕਿ ਅਸੀਂ ਪੁਰਾਣੇ ਆਪਣੇ ਜੋ ਹੈ ਟ੍ਰੈਡੀਸ਼ਨਸ ਉਹਨਾਂ ਨੂੰ ਫੋਲੋ ਕਰੀਏ, ਅਤੇ ਸਾਨੂੰ ਇਹਨਾਂ ਨੂੰ ਫੋਲੋ ਕਰਨ 'ਚ ਕਿਸੇ ਤਰ੍ਹਾਂ ਦਾ ਵੀ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ। ਮਾਨਤਾ ਇਹ ਹੈ ਕਿ ਜਦੋਂ ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਵਤੀ ਜੀ ਦਾ ਵਿਆਹ ਹੋਇਆ ਤਾਂ ਮਾਤਾ ਪਾਰਵਤੀ ਸ਼ਿਵ ਨਾਲ ਭਗਵਾਨ ਵਿਸ਼ਨੂੰ ਜੀ ਦਾ ਆਸ਼ੀਰਵਾਦ ਲੈਣ ਪੁੱਜੇ। ਉਸ ਵੇਲੇ ਮਾਤਾ ਪਾਰਵਤੀ ਜੀ ਨੇ ਫੁੱਲਾਂ ਦਾ ਸ਼ਿੰਗਾਰ ਕੀਤਾ ਹੋਇਆ ਸੀ। ਭਗਵਾਨ ਵਿਸ਼ਨੂੰ ਜੀ ਨੇ ਮਾਤਾ ਜੀ ਦੇ ਇਸ ਰੂਪ ਨੂੰ ਦੇਖਦਿਆਂ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਕਿ ਜੋ ਵੀ ਨਵੀਂ ਵਿਆਹੀ ਇਸਤਰੀ ਸਾਵਣ ਮਹੀਨੇ ਵਿੱਚ ਫੁੱਲਾਂ ਦਾ ਸ਼ਿੰਗਾਰ ਕਰੇਗੀ, ਉਸ ਦੀ ਹਰ ਮਨੋਕਾਮਨਾ ਪੂਰੀ ਹੋਵੇਗੀ। ਸਰਵਸ਼੍ਰੇਸ਼ਠ ਮਹੀਨਾ ਹੈ ਔਰ ਇਸਕੇ ਵਿਸ਼ੇ ਮੈਂ ਤੋ ਜਿਤਨਾ ਵੀ ਕਹਾ ਜਾਏ ਪੁਰਾਣੋ ਮੈਂ ਸ਼ਾਸਤਰੋ ਮੈਂ ਬੜੇ ਸੁੰਦਰ ਸੁੰਦਰ ਜੋ ਹੈ ਲੇਖ ਮਿਲਤੇ ਹੈ। ਦੂਸਰੀ ਬਾਤ ਯਾਨੀ ਇਹ ਕਿ ਹਮਾਰੇ ਜੋ ਦੁਰਗਿਆਨਾ ਤੀਰਥ ਮੈਂ ਇਸਕਾ ਵਿਸ਼ੇਸ਼ ਮਹੱਤਵ ਹੈ। ਸਾਵਣ ਮੈਂ ਸਾਵੇਂ ਕੀਏ ਜਾਤੇ ਹੈ ਔਰ ਖਾਸ ਕਰਕੇ ਜਿਨ ਬੱਚੋਂ ਕਾ ਵਿਵਾਹ ਹੋਤਾ ਹੈ ਔਰ ਵਿਵਾਹ ਕਾ ਉਨਕਾ ਜੋ ਪਹਿਲਾ ਸਾਲ ਹੈ ਔਰ ਪਹਿਲੇ ਸਾਲ ਮੈਂ ਜੋ ਸਾਵਾਂ ਆਤਾ ਹੈ ਉਸਮੇ ਉਹ ਜੋ ਸ਼ਿੰਗਾਰ ਕਰਕੇ ਆਤੇ ਹੈ। ਇਹ ਪਰੰਪਰਾ ਆਜ ਕੀ ਨਹੀਂ ਹੈ, ਇਹ ਪਰੰਪਰਾ ਬੜੇ ਪ੍ਰਾਚੀਨ ਕਾਲ ਕੀ ਹੈ। ਭਗਵਾਨ ਭੋਲੇਨਾਥ ਕੇ ਪਾਸ ਮੈਂ ਮਾਂ ਪਾਰਵਤੀ ਜੀ ਨੇ ਸ਼ਿੰਗਾਰ ਕਰਕੇ ਔਰ ਉਨਸੇ ਆਸ਼ੀਰਵਾਦ ਲਿਆ ਹੈ। ਇਹ ਰੁਕਮਣੀ ਜੀ ਨੇ ਭਗਵਾਨ ਦੁਆਰਕਾਧੀਸ ਸੇ ਆਸ਼ੀਰਵਾਦ ਲਿਆ ਹੈ। ਲਕਸ਼ਮੀ ਜੀ ਨੇ ਨਾਰਾਇਣ ਭਗਵਾਨ ਸੇ ਆਸ਼ੀਰਵਾਦ ਲਿਆ ਹੈ। ਉਸੀ ਪਰੰਪਰਾ ਕੋ ਜੋ ਹੈ ਮਾਨਤੇ ਹੋਏ, ਉਸੀ ਤਿਉਹਾਰ ਕੋ ਮਾਨਤੇ ਹੋਏ, ਉਸੀ ਉਤਸਵ ਕੋ ਮਾਨਤੇ ਹੋਏ ਯਹਾਂ ਜੋ ਲਕਸ਼ਮੀ ਨਾਰਾਇਣ ਭਗਵਾਨ ਵਿਰਾਜਮਾਨ ਹੈ, ਯਹਾਂ ਸਭੀ ਸ਼ਹਿਰ ਵਾਸੀ ਔਰ ਵੀ ਦੂਰ ਸੇ ਲੋਕ ਜੋ ਆਤੇ ਹੈ, ਉਹ ਸ਼ਿੰਗਾਰ ਜਿਨਕੀ ਪਹਿਲੀ ਸਾਲ ਕੀ ਪਹਿਲੀ ਸਾਲ ਹੈ, ਉਹ ਜੋ ਹੈ ਯਹਾਂ ਆ ਕਰਕੇ ਸ਼ਿੰਗਾਰ ਕਰਕੇ ਆਏਂਗੇ ਔਰ ਠਾਕੁਰ ਜੀ ਸੇ ਆਸ਼ੀਰਵਾਦ ਕੇ ਰੂਪ ਮੈਂ ਉਨਕੋ ਇੱਕ ਫਲ ਦਿਆ ਜਾਤਾ ਹੈ, ਜਿਸਸੇ ਉਨਕੇ ਘਰ ਮੈਂ ਸੁਖ ਸ਼ਾਂਤੀ ਧਨ ਵੈਭਵ ਆਦਿ ਸਭੀ ਚੀਜ਼ੋਂ ਕੀ ਖੁਸ਼ੀਆਂ ਚਲਤੀ ਰਹੇ ਔਰ ਉਸੀ ਉਤਸਵ ਕੋ ਮਨਾਤੇ ਹੋਏ ਇਹ ਮੰਦਿਰ ਜੋ ਹੈ ਆਪਣੇ ਆਪ ਕੋ ਇਹ ਭਾਗਿਸ਼ਾਲੀ ਵੀ ਮਾਨਤਾ ਹੈ ਔਰ ਸਭੀ ਕੀ ਯਹਾਂ ਸ਼ਰਧਾ ਹੈ, ਸ਼ਰਧਾ ਕੇ ਨਾਤੇ ਸਭ ਯਹਾਂ ਮੱਥਾ ਟੇਕਣੇ ਕੇ ਲੀਏ ਆਤੇ ਹੈ। ਇਸ ਪਵਿੱਤਰ ਅਸਥਾਨ ਤੇ ਪੁਰਾਤਨ ਵੇਲੇ ਤੋਂ ਹੀ ਨਵੇਂ ਵਿਆਹੇ ਜੋੜੇ ਲਕਸ਼ਮੀ ਨਾਰਾਇਣ ਮੰਦਿਰ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਲੈਂਦੇ ਨੇ। ਕਹਿੰਦੇ ਨੇ ਕਿ ਮੋਤੀਏ ਦੇ ਫੁੱਲ ਠਾਕੁਰ ਜੀ
अर्थात भगवान कृष्ण जी नूं बहुत मन पाउंदे ने। इस लई नवीआं नवविवाहिता इस्त्रियां मोती दे फुल्लां दा शिंगार करके ठाकुर जी दे दर्शनां लई इत्थे आउंदियां ने। ते खुशी नाल लै के आ रहे हैं। पहलां साडी बेटी दी मैरिज होई सी, उस टाइम भी लै के आए सी असीं, हुण वी आए, बेटी भी आई साथ। लेकिन हुण साडी मन दी तमन्ना सी कि लक्ष्मी नारायण मंदिर च असीं जाणा, सौन दे महीने च जरूर मत्था टिकाणा। ਮੈਂ ਪਾਈ ਹੈ ਕਮਰਬੰਦ, ਬਾਜੂਬੰਦ, ਗਲੇ ਦਾ ਹਾਰ, ਟਿੱਕਾ, ਸਿਰ ਦੇ ਮਾਥਾ। ਸ਼੍ਰੀ ਦੁਰਗਿਆਨਾ ਮੰਦਿਰ ਵਿਖੇ ਨਵੀਆਂ ਵਿਆਹੀਆਂ ਦੁਲਹਨਾਂ ਤੋਂ ਇਲਾਵਾ ਔਰਤਾਂ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਫੁੱਲਾਂ ਦੇ ਗਹਿਣਿਆਂ ਦਾ ਸ਼ਿੰਗਾਰ ਕਰਕੇ ਮੱਥਾ ਟੇਕਣ ਲਈ ਆਉਂਦੀਆਂ ਨੇ ਅਤੇ ਇਸ ਪਵਿੱਤਰ ਸਾਵਣ ਮੇਲੇ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੀਆਂ ਨੇ।